ਭਾਅ ਜੀ ਮੁੰਡੇ ਮੇਰੇ ਦੀ ਰਾਤ ਡੈਥ ਹੋ ਗਈ ਇੱਥੇ, ਅਸੀਂ ਰਾਤ ਦੇ ਇਹਨਾਂ ਦੇ ਮਗਰ ਭੱਜੇ ਹੋਏ ਹਾਂ। ਸੁਖਪ੍ਰੀਤ ਸਿੰਘ ਜੀ 18 ਸਾਲ ਦੀ ਉਮਰ ਸੀ ਉਹਦੀ ਜੀ, ਅਤੇ ਇੱਥੇ ਵਿਆਹ 'ਤੇ ਆਇਆ ਸੀ ਸਾਹਮਣੇ ਪੈਲਸ 'ਚ, ਜੇ ਇੱਥੇ ਵਿਆਹ 'ਤੇ ਪੈਲਸਾਂ ਦੀ ਪਰਮਿਸ਼ਨ ਦਿੰਦੇ ਆ, ਇੱਥੇ ਡਿਊਟੀ 'ਤੇ ਗੱਡੀਆਂ ਖੜੀਆਂ, ਮਗਰ ਐਕਸੀਡੈਂਟ ਹੋਇਆ, ਗੱਡੀ ਦੇ ਮਗਰ ਕੋਈ ਗਿਆ ਕਿਉਂ ਨਹੀਂ, ਗੱਡੀ ਇੱਥੇ ਮੌਕੇ 'ਤੇ ਖੜੀ ਸੀ, ਸਾਡੇ ਕੋਲ ਵੀਡੀਓ ਪਈ ਆ, ਉਹ ਵੀ ਵੀਡੀਓ ਵੀ ਦੇਵਾਂਗੇ ਸਾਰਿਆਂ ਸਾਹਮਣੇ ਤੁਹਾਨੂੰ, ਵੀ ਆਹ ਗਈ ਅੱਗੇ ਵੀ ਗੱਡੀ ਖੜੀ ਸੀ, ਗੱਡੀ ਪਕੜ 'ਚ ਕਦੇ ਨਹੀਂ ਆਈ ਅਜੇ ਤੱਕ ਇਹਨਾਂ ਦੇ। ਇੱਕ ਤਾਂ ਭਾਈ ਰਿਕੁਐਸਟ ਹੈ, ਹਾਂਜੀ ਅਜੇ ਤੱਕ ਨੰਬਰ ਤੱਕ ਨਹੀਂ ਟਰੇਸ ਹੋਇਆ, ਨਾ ਗੱਡੀ ਟਰੇਸ ਹੋਈ ਹੈ। ਭਾਅ ਜੀ SHO ਸਾਹਿਬ ਦੇ ਕਹੇ ਦੇ ਅਨੁਸਾਰ ਚੱਲ ਰਹੇ ਸੀਗੇ ਕਿ ਉਹ ਕਹਿੰਦੇ ਵੇਟ ਕਰੋ, ਅਸੀਂ ਤੁਹਾਨੂੰ ਟਾਈਮ ਦਿੰਦੇ ਹਾਂ, ਉਦੋਂ ਤੱਕ ਇਨਸਾਫ ਦੇ ਦਾਂਗੇ। ਅਸੀਂ ਬੈਠੇ ਸੀ, ਉਹ ਕਹਿੰਦੇ ਮੰਗਲਦਾਸ ਗਿਆ ਹੋਇਆ ਫੁਟੇਜ ਲੈਣ, ਉਹ ਫੁਟੇਜ ਲਿਆ ਕੇ ਕਹਿੰਦਾ ਸਾਡੇ ਇੱਕ ਬੰਦੇ ਨੂੰ ਧੱਕਾ ਮਾਰਿਆ, ਹਾਂ ਤੂੰ ਕੌਣ ਹੁੰਦਾ, ਪਹਿਲਾਂ ਤਾਂ ਸਾਡਾ IO ਚੇਂਜ ਕੀਤਾ ਜਾਵੇ ਕਿਉਂਕਿ SHO ਸਾਹਿਬ ਠੀਕ ਕਰ ਰਹੇ ਆ, ਗੱਲ ਸੁਣ ਰਹੇ ਆ, ਪਰ ਮੰਗਲਦਾਸ ਦੂਰ ਤਰਾਕ ਕਰਦਾ, ਉੱਤੋਂ ਕਹਿੰਦਾ ਮੈਂ ਸਵੇਰ ਦੇ ਧੱਕੇ ਖਾ ਰਿਹਾ। ਤਸਵੀਰਾਂ ਲੁਧਿਆਣੇ ਚੰਡੀਗੜ੍ਹ ਰੋਡ ਸਥਿਤ ਵੀਰ ਪੈਲੇਸ ਨਜ਼ਦੀਕ ਦੀਆਂ ਨੇ, ਜਿੱਥੇ ਬੀਤੀ ਕੱਲ੍ਹ ਟਿੱਪਰ ਦੇ ਹੇਠਾਂ ਆਉਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ, ਜਿਸਦੇ ਚੱਲਦਿਆਂ ਮੌਕੇ 'ਤੇ ਟਿੱਪਰ ਚਾਲਕ ਫਰਾਰ ਹੋ ਗਿਆ। ਉੱਧਰ ਇਸ ਬਾਬਤ ਪੁਲਿਸ ਨੇ ਜਿੱਥੇ ਮਾਮਲੇ ਜਾਂਚ ਦੀ ਗੱਲ ਕਹੀ ਸੀ, ਤਾਂ ਇਸ ਮਾਮਲੇ ਦੇ ਵਿੱਚ ਅੱਜ ਪਰਿਵਾਰ ਮੈਂਬਰਾਂ ਨੇ ਟਿੱਪਰ ਚਾਲਕ ਦੇ ਨਾ ਫੜੇ ਜਾਣ ਕਰਕੇ ਰੋਸ ਵਿੱਚ ਵੀਰ ਪੈਲੇਸ ਨਜ਼ਦੀਕ ਚੰਡੀਗੜ੍ਹ ਰੋਡ ਨੂੰ ਜਾਮ ਕਰ ਦਿੱਤਾ ਹੈ, ਅਤੇ ਇਸ ਦੌਰਾਨ ਉਹਨਾਂ ਨੇ ਮੰਗ ਕੀਤੀ ਕਿ ਜਲਦ ਤੋਂ ਜਲਦ ਆਰੋਪੀ ਨੂੰ ਫੜ ਕੇ ਸਲਾਖਾਂ ਵਿੱਚ ਭੇਜ ਦਿੱਤਾ ਜਾਵੇ। ਭਾਅ ਜੀ ਮੇਰਾ ਨਾਂ ਜਸਵੀਰ ਸਿੰਘ ਹੈ ਜੀ। ਅੱਜ ਤੁਸੀਂ ਧਰਨਾ ਲਾਇਆ? ਭਾਅ ਜੀ ਮੁੰਡੇ ਮੇਰੇ ਦੀ ਰਾਤ ਡੈਥ ਹੋ ਗਈ ਇੱਥੇ, ਅਸੀਂ ਰਾਤ ਦੇ ਇਹਨਾਂ ਦੇ ਮਗਰ ਭੱਜੇ ਹੋਏ ਹਾਂ। ਸੁਖਪ੍ਰੀਤ ਸਿੰਘ ਜੀ 18 ਸਾਲ ਦੀ ਉਮਰ ਸੀ ਉਹਦੀ ਜੀ, ਅਤੇ ਇੱਥੇ ਵਿਆਹ 'ਤੇ ਆਇਆ ਸੀ ਸਾਹਮਣੇ ਪੈਲਸ 'ਚ, ਜੇ ਇੱਥੇ ਵਿਆਹ 'ਤੇ ਪੈਲਸਾਂ ਦੀ ਪਰਮਿਸ਼ਨ ਦਿੰਦੇ ਆ, ਇੱਥੇ ਡਿਊਟੀ 'ਤੇ ਗੱਡੀਆਂ ਖੜੀਆਂ, ਮਗਰ ਐਕਸੀਡੈਂਟ ਹੋਇਆ, ਗੱਡੀ ਦੇ ਮਗਰ ਕੋਈ ਗਿਆ ਕਿਉਂ ਨਹੀਂ, ਗੱਡੀ ਇੱਥੇ ਮੌਕੇ 'ਤੇ ਖੜੀ ਸੀ, ਸਾਡੇ ਕੋਲ ਵੀਡੀਓ ਪਈ ਆ, ਉਹ ਵੀ ਵੀਡੀਓ ਵੀ ਦੇਵਾਂਗੇ ਸਾਰਿਆਂ ਸਾਹਮਣੇ ਤੁਹਾਨੂੰ, ਵੀ ਆਹ ਗਈ ਅੱਗੇ ਵੀ ਗੱਡੀ ਖੜੀ ਸੀ, ਗੱਡੀ ਪਕੜ 'ਚ ਕਦੇ ਨਹੀਂ ਆਈ ਅਜੇ ਤੱਕ ਇਹਨਾਂ ਦੇ। ਇੱਕ ਤਾਂ ਭਾਈ ਰਿਕੁਐਸਟ ਹੈ, ਹਾਂਜੀ ਅਜੇ ਤੱਕ ਨੰਬਰ ਤੱਕ ਨਹੀਂ ਟਰੇਸ ਹੋਇਆ, ਨਾ ਗੱਡੀ ਟਰੇਸ ਹੋਈ ਹੈ, ਅਸੀਂ ਕਹਿੰਦੇ ਸਾਨੂੰ ਇਨਸਾਫ ਮਿਲੇ। ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ। ਹਾਂਜੀ ਭਾਅ ਜੀ ਤੁਸੀਂ ਕੀ ਕਹਿਣਾ ਚਾਹੁੰਦੇ? ਅਸੀਂ ਭਾਅ ਜੀ SHO ਸਾਹਿਬ ਦੇ ਕਹੇ ਦੇ ਅਨੁਸਾਰ ਚੱਲ ਰਹੇ ਸੀਗੇ ਕਿ ਉਹ ਕਹਿੰਦੇ ਵੇਟ ਕਰੋ, ਅਸੀਂ ਤੁਹਾਨੂੰ ਟਾਈਮ ਦਿੰਦੇ ਹਾਂ, ਉਦੋਂ ਤੱਕ ਇਨਸਾਫ ਦੇ ਦਾਂਗੇ। ਅਸੀਂ ਬੈਠੇ ਸੀ, ਉਹ ਕਹਿੰਦੇ ਮੰਗਲਦਾਸ ਗਿਆ ਹੋਇਆ ਫੁਟੇਜ ਲੈਣ, ਉਹ ਫੁਟੇਜ ਲਿਆ ਕੇ ਕਹਿੰਦਾ ਸਾਡੇ ਇੱਕ ਬੰਦੇ ਨੂੰ ਧੱਕਾ ਮਾਰਿਆ, ਹਾਂ ਤੂੰ ਕੌਣ ਹੁੰਦਾ, ਪਹਿਲੀ ਗੱਲ ਤੂੰ ਦਾ ਮਤਲਬ ਕੀ ਹੁੰਦਾ, ਫਿਰ ਉਸ ਤੋਂ ਬਾਅਦ ਉਹ ਗਾਲਾਂ ਕੱਢੀਆਂ ਜਾਂਦੀਆਂ, ਗਾਲਾਂ ਮੈਂ ਭਾਅ ਜੀ ਮੈਂ ਕੱਲ੍ਹ ਨਹੀਂ ਸੀ ਨਾ ਸਵੇਰੇ ਸੀ, ਮੈਂ ਹੁਣ ਆਇਆ। ਉਸ ਤੋਂ ਬਾਅਦ ਮੰਗਲਦਾਸ ਨੇ ਪਹਿਲਾਂ ਤਾਂ ਸਾਡਾ IO ਚੇਂਜ ਕੀਤਾ ਜਾਵੇ ਕਿਉਂਕਿ SHO ਸਾਹਿਬ ਠੀਕ ਕਰ ਰਹੇ ਆ, ਗੱਲ ਸੁਣ ਰਹੇ ਆ, ਪਰ ਮੰਗਲਦਾਸ ਤੂਰ ਤਰਾਕ ਕਰਦਾ, ਉੱਤੋਂ ਕਹਿੰਦਾ ਮੈਂ ਸਵੇਰ ਦੇ ਧੱਕੇ ਖਾ ਰਿਹਾ, ਸਾਡੇ ਲਈ ਥੋੜ੍ਹੀ ਧੱਕੇ ਖਾ ਰਿਹਾ, ਉਹਦੀ ਡਿਊਟੀ ਆ ਭਾਅ ਜੀ। ਅਤੇ ਉਸ ਤੋਂ ਬਾਅਦ ਅਸੀਂ ਕਿਹਾ ਸੀ ਫਿਰ ਚੰਡੀਗੜ੍ਹ ਰੋਡ ਜਾਮ ਕਰਾਂਗੇ, ਫਿਰ ਅਸੀਂ ਇੱਥੇ ਆ ਕੇ ਬੈਠੇ ਹਾਂ, SHO ਸਾਹਿਬ ਐਗਰੀ ਹੈਗੇ ਨੇ ਪਹਿਲੇ ਤਾਂ ਸਾਡਾ IO ਚੇਂਜ ਕਰਨ, ਉਸ ਤੋਂ ਬਾਅਦ ਸਾਨੂੰ ਜੋ ਟਾਈਮ ਦਿੱਤਾ ਮੀਡੀਆ ਦੇ ਸਾਹਮਣੇ, ਸਾਡੇ ਮੀਡੀਆ ਦੇ ਸਾਹਮਣੇ ਸਾਨੂੰ ਟਾਈਮ ਦਿੱਤਾ ਜਾਵੇ, ਅਸੀਂ ਇੱਥੋਂ ਹੁਣੇ ਧਰਨਾ ਚੱਕ ਦਾਂਗੇ, ਅਸੀਂ SHO ਸਾਹਿਬ ਨਾਲ ਐਗਰੀ ਹਾਂ, ਉਹ ਸਾਡੀ ਗੱਲ ਸੁਣ ਰਹੇ ਆ, ਪਰ IO ਨਹੀਂ ਸੁਣ ਰਿਹਾ ਸੀ, ਉਹ ਪੁੱਠਾ ਸਿੱਧਾ ਬੋਲ ਰਿਹਾ ਸੀ, ਬਾਕੀ ਜੋ SHO ਸਾਹਿਬ ਸਾਨੂੰ ਮੀਡੀਆ ਸਾਹਮਣੇ ਜੇ ਕਹਿਣਗੇ ਕਿ ਹਾਂ ਇੰਨੇ ਵਜੇ ਦਾ ਟਾਈਮ ਸੀ, ਉਦੋਂ ਤੱਕ ਕੁਛ ਨਹੀਂ ਕਹਿੰਦੇ, ਜੇ ਉਸ ਤੋਂ ਬਾਅਦ ਘੰਟੇ ਦੋ ਘੰਟੇ ਬਾਅਦ ਫਿਰ ਅਸੀਂ ਇਹਨਾਂ ਦਾ ਕਹਿਣਾ ਕਿ IO ਚੇਂਜ ਕਰ ਦੇਣਾ, ਫਿਰ ਤੁਸੀਂ ਸਹਿਮਤ ਹੋ? ਅਸੀਂ ਸਹਿਮਤ ਆ, ਕਾਰਵਾਈ ਕਰੀਏ ਦਾ ਟਾਈਮ ਦੇਣ ਪਈ ਐ ਉਹਦੀ ਲੱਠੀ ਆ ਸੁਖਪ੍ਰੀਤ ਪੁੱਤ, 10ਵੀਂ ਦੇ ਪੇਪਰ ਦਿੱਤੇ 600 ਦੇ ਵਿੱਚੋਂ 533 ਨੰਬਰ ਮੇਰੇ ਪੁੱਤ ਦੇ, ਪੁੱਤ
ਮੈਂ ਕੀ ਕਹੂੰ ਆਪਣੀ ਕੁੜੀ ਨੂੰ, ਮੈਂ ਕੀ ਕਹੂੰ ਆਪਣੀ ਕੁੜੀ ਨੂੰ, ਮੇਰੇ ਦੋਦੇ ਦਾ ਸਿਰ ਕਰ ਪਿਆ ਦਰ ਹਸਪਤਾਲ ਵਾ, ਕੀ ਕਰਾਂ ਚੋਲੇ ਦੇ ਵਿੱਚ ਪਿਆ ਸਿਰ ਮੇਰੇ ਪੁੱਤ ਦਾ ਮਰੂਗੇ ਤਾਂ ਏਦਾਂ ਪੋਠੀ ਪੋਠੀ ਚੰਗੀ ਦਬਦਾ ਚੁੱਕਣ ਲੱਗੇ ਚੁੱਕਣ ਦਿੰਦਾ, ਮੈਂ ਜਿੰਨਾ ਚਿਰ ਮੇਰੇ ਮੁੰਡੇ ਨੀ ਆਉਂਦੇ ਮੈਂ ਨੀ ਚੱਕਣ ਦੇ ਪੁੱਤ ਬੂਟ ਉਹਦੇ ਕਿਤੇ ਪਏ ਆਏ ਉਹ ਕਿੱਦਾਂ ਪਿਆ ਕਿਤੇ ਰੰਗ ਉਹਦਾ ਹਲਦੀ ਪੈਰ ਹੋਏ ਪਏ ਪੁੱਤ ਮੇਰੇ ਦੇ ਆਏ ਮੇਰੇ ਦੋਤੇ ਦੇ। ਮੈਂ SHO ਹਰਸ਼ਦੀਪ ਸ਼ਰਮਾ, ਇੱਥੇ ਰਾਤੀ ਐਕਸੀਡੈਂਟ ਹੋਇਆ ਸੀ, ਅਸੀਂ ਨਾਲ ਦੀ ਨਾਲ ਇਹਨਾਂ ਫੈਮਿਲੀ ਮੈਂਬਰ ਸਾਡੇ ਨਾਲ ਹੈ, ਅਸੀਂ ਕੈਮਰੇ ਚੈੱਕ ਕਰ ਰਹੇ ਹਾਂ, ਕੈਮਰੇ ਚੈੱਕ ਕਰਕੇ ਅਸੀਂ ਰੂਟ ਡਿਫਾਈਨ ਕਰ ਲਿਆ, ਉੱਥੇ ਜਮਾਲਪੁਰ ਤੋਂ ਲੈਫਟ ਹੋਈ ਹੈ, ਜਿਹੜੇ ਕੈਮਰੇ 'ਚ ਨੰਬਰ ਕਲੀਅਰ ਆਊਗਾ ਅਸੀਂ ਬਾਏ ਨੇਮ ਟਿੱਪਰ ਡਰਾਈਵਰ ਅਤੇ ਟਿੱਪਰ ਮਾਲ 'ਤੇ ਪਰਚਾ ਦੇਣਗੇ, ਨੰਬਰ ਕਲੀਅਰ ਹੋ ਜਾਏ ਬਸ। ਨਹੀਂ ਇਹਨਾਂ ਨੇ ਸਾਨੂੰ ਇਨਸ਼ੋਰੈਂਸ ਦੇ ਦਿੱਤੀ ਹੈ, ਅਸੀਂ 2 ਵਜੇ ਤੱਕ ਦਾ ਟਾਈਮ ਲੈ ਲਿਆ ਇਹਨਾਂ ਤੋਂ, ਅਸੀਂ ਇਹਨਾਂ ਨੂੰ ਗੱਡੀ ਟਰੇਸ ਕਰਕੇ ਰਾਤ ਤੋਂ ਰਾਤ ਦੇ ਦਾਂਗੇ। ਸਾਡੀ ਇੱਕੋ ਦਰਖਾਸਤ ਉਹ ਮੈਂ ਚੇਂਜ ਕਰ ਦਿੰਦਾ, ਕਿਉਂਕਿ ਆਈਓ ਵੀ ਰਾਤ ਦਾ ਹੀ ਇਹਨਾਂ ਨਾਲ ਘੁੰਮ ਰਿਹਾ, ਕੋਈ ਹੋ ਗਈ ਹੋਣੀ ਉੱਪਰ ਥੱਲੇ ਗੱਲ, ਉਸ ਚੀਜ਼ ਵਿੱਚ ਮੈਂ ਹੈਗਾ ਜ਼ਿੰਮੇਵਾਰ, ਮੈਂ ਇੰਸ਼ੋਰੈਂਸ ਦਿੰਦਾ ਵੀ ਮੈਂ ਨੰਬਰ ਟਰੇਸ ਕਰਕੇ ਦੇ ਦੂੰ। ਤੁਸੀਂ SHO ਸਾਹਿਬ ਸਿਰਫ ਤੁਹਾਡੇ ਕੋਲ ਇਹੀ ਦਰਖਾਸਤ ਆ ਕਿ ਤੁਸੀਂ ਸਾਨੂੰ ਇਨਸਾਫ ਦਿਓਗੇ 100% ਜੀ। ਇਹ ਬੈਠੇ ਜੀ, ਇਹਨਾਂ ਨੂੰ ਮੈਂ ਇੰਸ਼ੋਰੈਂਸ ਦਿੱਤੀ, ਇਹ ਚੱਕ ਰਹੇ ਤੁਹਾਨੂੰ ਕਹਿ ਰਹੇ ਤੁਸੀਂ 2 ਵਜੇ ਤੱਕ ਦਾ ਟਾਈਮ ਰਿਹਾ, ਅਸੀਂ ਤੁਹਾਨੂੰ 3 ਵਜੇ ਦਾ 1 ਘੰਟਾ ਫਾਲਤੂ ਦਿੱਤਾ, ਪਰ ਜੇ 3 ਵਜੇ ਤੋਂ ਬਾਅਦ ਨਹੀਂ ਹੋਇਆ ਫਿਰ ਇਹੀ ਜਾਮ ਹੋਊਗਾ। ਇਹ ਚੌਂਕ ਨਹੀਂ ਇਕੱਲਾ ਜਮਾਲਪੁਰ ਪੁਲਿਸ ਕਲੋਨੀ ਸਮਰਾਲਾ ਚੌਂਕ 4-5 ਚੌਂਕ ਬੰਦ ਕਰਕੇ ਜਾਣਗੇ, ਸਾਰੇ ਚੌਂਕ ਬੰਦ ਕਰਾਂਗੇ। ਸਾਡੀ ਇਹ ਵੀ ਦੱਸ ਦੇਣਾ ਚਾਹੁੰਦਾ, ਸਾਡੇ ਇੱਕ MLA ਸਾਹਿਬ ਨੇ ਫੋਨ ਕਰਿਆ ਤਾਂ ਜਾ ਕੇ ਕੰਮ ਸ਼ੁਰੂ ਹੋਇਆ, ਨਹੀਂ ਤਾਂ ਪਹਿਲਾਂ ਸਾਡੀ ਸੁਣਵਾਈ ਵੀ ਨਹੀਂ ਹੋ ਰਹੀ, ਉਸ ਤੋਂ ਬਾਅਦ ਹੁਣ SHO ਸਾਹਿਬ ਇੱਥੇ ਆਏ ਨੇ, ਕਿਉਂਕਿ ਅਸੀਂ ਥਾਣੇ 'ਚ ਕਹਿ ਕੇ ਆਏ ਅਸੀਂ ਜਾਮ ਕਰਨ ਜਾ ਰਹੇ ਹਾਂ, ਕਿਉਂਕਿ ਮੰਗਲਦਾਸ ਪੁੱਠਾ ਸਿੱਧਾ ਬੋਲ ਰਿਹਾ ਸੀ, ਉਸ ਚੀਜ਼ ਦਾ ਵੀ ਇਨਸਾਫ ਅਸੀਂ ਬਾਅਦ 'ਚ ਲਵਾਂਗੇ। ਮੈਂ ਜੱਗੂ ਭਾਈ ਨੂੰ ਇਹ ਪੱਕੀ ਗਰੰਟੀ ਦਿੰਦਾ ਕਿ ਉਹ ਜਿਹੜਾ ਇੰਸਪੈਕਟਰ ਸੀ ਉਹਨੂੰ ਵੀ ਆਪਾਂ ਪਹਿਲੇ ਆਪਾਂ ਪਰਚਾ ਦਰਜ ਕਰਾ ਲਈਏ, ਉਹਦੇ 'ਤੇ ਵੀ ਪਰਚਾ ਦਰਜ ਮੈਂ ਕਰਵਾਊਂਗਾ, ਉਹਦੀ ਜ਼ਿੰਮੇਵਾਰੀ ਵੀ ਮੇਰੀ ਹੈ।